ਕੱਲ ਹੁਣ ਤਾਂ ਕਹਿੰਦੇ ਪੰਜਾਬ 'ਚ ਵੀ ਕੈਨੇਡਾ ਵਰਗੀ ਠੰਡ ਹੋ ਗਈ। ਹਾਂ ਮੈਂ ਵੀ ਖਬਰਾਂ ਪੜ੍ਹਦਾ ਸੀ ਵੀ ਮੀਂਹ ਨਾਲ ਕੁਛ ਨਾ ਕੁਛ ਠੰਡ ਪੈ ਗਈ ਪਰ ਨਾਲ ਦੀ ਨਾਲ ਹੀ ਸਿਆਸੀ ਖਾੜਾ ਭਖ ਗਿਆ। ਅੱਛਾ ਉਹਦੇ ਨਾਲ ਸਿਆਸੀ ਗਰਮੀ ਪੈਦਾ ਹੋ ਗਈ। ਆਹ ਸਿਆਸੀ ਖਾੜਾ ਭਖਣਾ ਫਿਰ ਉਹ ਸੰਗਰੂਰ ਦੀ ਜ਼ਮੀਨੀ ਚੋਣ ਦਾ ਐਲਾਨ ਜਿਹੜਾ ਹੋ ਗਿਆ ਨਾ ਉਹਦੇ ਕਰਕੇ ਫਿਰ ਸਿਆਸੀ ਖਾੜਾ ਭਖਣਾ। ਜ਼ਿਆਦਾਤਰ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਆ ਜਿਮਣੀ ਚੋਣ ਵੀ ਉਹੀ ਜਿੱਤਦੀ ਆ। ਬਿਲਕੁਲ ਇਹਨਾਂ ਨੂੰ ਹੁਣ ਇਹ ਆ ਵੀ ਸਾਰੇ ਇਕੱਠੇ ਹੋ ਕੇ ਆਮ ਆਦਮੀ ਨੂੰ ਢਾਹੁਣ ਨੂੰ ਫਿਰਦੇ ਆ। ਇਹ ਬੜੇ ਮਸ਼ਹੂਰ ਹੋਏ ਨੇ ਧਾਲੀਵਾਲ ਸਾਹਿਬ। ਇਹੀ ਮੈਂ ਤੁਹਾਨੂੰ ਗੱਲ ਪੁੱਛਣੀ ਸੀ ਵੀ ਪੰਜਾਂ ਸੱਤਾਂ ਮਹੀਨਿਆਂ ਦੇ ਨਾ ਭਾਣਜੇ ਬੜੇ ਸਰਗਰਮ ਹੋਣ ਲੱਗੇ ਆ। ਉਹ ਕਹਿੰਦੇ ਨੇ ਚੰਨੀ ਸਾਹਿਬ ਦਾ ਭਾਣਜਾ ਹੈ ਤੇ ਇਧਰੋਂ ਸਿੰਗਲਾ ਸਾਹਿਬ ਦਾ ਭਾਣਜਾ। ਬਿਲਕੁਲ ਉਹ ਕਹਿੰਦੇ ਹੁੰਦੇ ਨਾ ਇੱਕ ਕਹਾਵਤ ਨਹੀਂ ਬਣੀ ਉਹ ਜਦੋਂ ਬਿਜਲੀ ਕੜਕਦੀ ਹੋਵੇ ਬੀਬੀਆਂ ਕਹਿ ਦਿੰਦੀਆਂ ਵੀ ਮਾਮਾ ਭਾਣਜਾ ਇਕੱਠੇ ਨਹੀਂ ਹੋਣੇ ਚਾਹੀਦੇ ਬਿਜਲੀ ਗਿਰ ਜਾਂਦੀ ਹੈ। ਹਾਂਜੀ ਹਾਂ ਉਹ ਵੈਸੇ ਰਾਜਨੀਤੀ 'ਚ ਵੀ ਨਹੀਂ ਇਕੱਠੇ ਹੋਣੇ ਚਾਹੀਦੇ ਮੇਰੇ ਹਿਸਾਬ ਨਾਲ। ਇੱਥੋਂ ਤਾਂ ਇਹੀ ਲੱਗਦਾ ਹੋਣਾ ਵੀ ਰਾਜਨੀਤੀ 'ਚੋਂ ਵੀ ਇਹ ਦੂਰ ਹੀ ਰਹਿਣ। ਬਿਜਲੀ ਨਾਲੋਂ ਵੀ ਮਾੜੀ ਆ ਰਾਜਨੀਤੀ। ਅਤੇ ਸੁਨੀਲ ਜਾਖੜ ਜੀ ਵੀ ਕੱਲ੍ਹ ਅਮਿਤ ਸ਼ਾਹ ਨੂੰ ਮਿਲ ਕੇ ਆਏ ਨੇ। ਉਹ ਵੀ ਉੱਥੋਂ ਮੇਰੇ ਖਿਆਲ ਕਾਂਗਰਸ ਨੂੰ ਆਲਾਵੇਦਾ ਕਹਿਤਾ ਉਹਨਾਂ ਨੇ। ਹਾਂਜੀ ਹਾਂਜੀ ਉਹ ਸਿੰਘ ਤਿੱਖੇ ਕਰਾ ਕੇ ਆਉਣਗੇ ਹੁਣ ਉੱਥੋਂ ਮੇਰਾ ਖਿਆਲ ਆ ਕੋਈ ਕਲਗੀ ਲੱਗੂ ਉਹਨਾਂ ਦੇ ਕੋਈ ਅਹੁਦਾ ਦੇਣਗੇ ਉਹਨਾਂ ਨੂੰ। ਸਿੰਘ ਤਿੱਖੇ ਕਰਕੇ ਆਉਣ ਕਰਾਉਣ ਗਏ ਨੇ ਮੈਨੂੰ ਲੱਗਦਾ ਉੱਧਰੋਂ ਸਿੰਘ ਚੋਪੜ ਕੇ ਮੋੜਨਗੇ। ਕੱਲ੍ਹ ਤਾਂ ਮੈਂ ਦੇਖ ਰਿਹਾ ਇੱਕ ਪੋਸਟਰ ਲੱਗੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਭੈਣ ਜੀ। ਹਾਂਜੀ ਸੰਗਰੂਰ ਚੌਰ। ਹਾਂਜੀ ਉਹਨਾਂ ਦੇ ਪੋਸਟਰ ਕੰਧਾਂ 'ਤੇ ਲਾਏ ਹੋਏ ਨੇ ਪਤਾ ਨਹੀਂ ਕਿਸੇ ਨੇ ਰਾਜਨੀਤੀ ਖੇਡੀ ਹੈ ਜਾਂ ਮੁੱਖ ਮੰਤਰੀ ਸਾਹਿਬ ਦੀ ਸਹਿਮਤੀ ਨਾਲ ਲਾਏ ਨੇ ਜਾਂ ਅਸਹਿਮਤੀ ਨਾਲ ਨੇ ਉਹ ਉਹਨਾਂ ਨੂੰ ਪਤਾ ਪਰ ਕੱਲ੍ਹ ਦਾ ਮੀਡੀਆ ਦਾ ਚਰਚਾ ਬਣਿਆ ਹੋਇਆ। ਹਾਂਜੀ ਕਾਫੀ ਪਰ ਉਹ ਲੋਕ ਵੀ ਚਾਹੁੰਦੇ ਨੇ ਨਾ ਜੀ ਲੋਕ ਵੀ ਚਾਹੁੰਦੇ ਨੇ ਪਿਆਰ ਕਰਦੇ ਨੇ ਮਾਨ ਸਾਹਿਬ ਨੂੰ ਪਿਆਰ ਕਰਦੇ ਨੇ ਉਹਨਾਂ ਨੇ ਫੈਸਲੇ ਏਡੇ ਏਡੇ ਜਿਹੜੇ ਵੱਡੇ ਲਏ ਨੇ ਹੈ ਨਾ ਜੀ ਉਹਨਾਂ ਦੇ ਪਰਿਵਾਰ ਪ੍ਰਤੀ ਲਾ ਲਓ ਵੀ ਐਟੋਮੈਟਿਕਲੀ ਆ ਵੀ ਹਮਦਰਦੀ ਹੋਣੀ ਹੈ ਨਾ। ਸਿਮਰਜੀਤ ਸਿੰਘ ਮਾਨ ਨੂੰ ਉਮੀਦਵਾਰ ਐਲਾਨ ਤਾ ਅਤੇ ਬਾਕੀ ਪਾਰਟੀਆਂ ਵੀ ਅੰਦਰੋਂ ਖਾਤੇ ਹੁਣ ਕਰ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 5 ਮੈਂਬਰੀ ਕਮੇਟੀ ਬਣਾਈ ਆ ਕੱਲ੍ਹ ਉਹ ਸੋਚਦੇ ਨੇ ਖਤਰੇ 'ਚ ਲੱਗਦਾ। ਹਾਂਜੀ ਕਾਂਗਰਸ ਸਰਕਾਰ ਦੇ ਵਿੱਚ ਇੱਕ ਜਿਮਨੀ ਚੋਣ ਵੀ ਸਰਕਾਰ ਹਾਰ ਗਈ ਸੀ ਪਤਾ ਹੋਊ ਤੁਹਾਨੂੰ। ਹਾਂਜੀ ਹਾਂ ਮਨਪ੍ਰੀਤ ਸਿੰਘ ਵਾਲੀ ਨੇ ਪਟਾਕਾ ਮਾਰਿਆ ਸੀ। ਹਾਂਜੀ ਜ਼ਰੂਰੀ ਨਹੀਂ ਹੁੰਦਾ ਲੋਕਾਂ ਦਾ ਪਿਆਰ ਜਿਹਦੇ ਨਾਲ ਹੁੰਦਾ ਹੈ ਅਤੇ ਲੋਕਾਂ ਦੇ ਦਿਲ ਜਿੱਤਣੇ ਪੈਂਦੇ। ਬਿਲਕੁਲ ਬਿਲਕੁਲ ਇਹ ਗੱਲ ਛੇਤੀ ਜਿਹੜੀ ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਆਪ ਤਾਂ ਡੋਬੇ ਜਜਮਾਨ ਵੀ ਡੋਬੇ ਜਜਮਾਨ ਵੀ ਡੋਬੇ ਆਪ ਤਾਂ ਡੋਬੇ ਨਾਲ ਉਹਨਾਂ ਨੂੰ ਲੈ ਬੈਠੇ ਹੈ ਜੀ। ਅਤੇ ਇਹ ਜਿਹੜਾ ਕਾਂ ਮਾਰ ਕੇ ਟੰਗਿਆ ਮੁੱਖ ਮੰਤਰੀ ਸਾਹਿਬ ਨੇ ਉਹ ਕਹਿੰਦੇ ਹੁੰਦੇ ਸੀ ਜੇ ਮਾੜੇ ਬਾਗ ਦੇ ਵਿੱਚ ਕੋਈ ਮਾੜੇ ਆਉਂਦੇ ਆ ਆਪਣੇ ਖਰਾਬ ਕਰਦੇ ਆ ਜਾਨਵਰ ਕਿਸੇ ਚੀਜ਼ ਨੂੰ ਤੁਹਾਡੇ ਫਰੂਟ ਨੂੰ ਖਰਾਬ ਕਰਦੇ ਆ ਤੁਹਾਡੀਆਂ ਸਬਜ਼ੀਆਂ ਖਰਾਬ ਕਰਦੇ ਆ ਕਹਿੰਦੇ ਕਾਂ ਮਾਰ ਕੇ ਟੰਗ ਦਿਓ। ਹਾਂਜੀ ਫਿਰ ਦੂਜੇ ਸੁਚੇਤ ਹੋ ਜਾਂਦੇ ਨੇ। ਬਿਲਕੁਲ ਜੀ ਹਾਂਜੀ ਹਾਂਜੀ ਦੂਸਰੇ ਫਿਰ ਛੋਟੇ ਮੋਟੇ ਤਾਂ ਆਪੇ ਡਰਨ ਲੱਗ ਜਾਂਦੇ ਆ। ਨਾਲ ਦੀ ਨਾਲ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਕਹਿਤਾ ਵੀ ਦੋ ਹੋਰ ਨੇ ਮੇਰੇ ਰਡਾਰ 'ਤੇ। ਹਾਂ ਹੁਣ ਉਹ ਦੋ ਸੋਚੀ ਜਾਣਗੇ ਵੀ ਕਿਹੜੇ ਹੈ ਉਹ ਕੋਈ ਮੇਰੇ 'ਤੇ ਨਾ ਆ ਜੇ ਨੰਬਰ ਉਹ ਕੋਈ ਮੇਰੇ 'ਤੇ ਨਾ ਆ ਜੇ। ਮੈਨੂੰ ਇਹ ਲੱਗਦਾ ਕਈ ਦਿਨਾਂ ਦੇ ਵੀ ਮੰਤਰੀਆਂ ਨਾਲੋਂ ਵੱਧ ਸਾਰਿਆਂ 'ਚ ਹੀ ਡਰ ਪੈਦਾ ਹੋ ਗਿਆ ਪਰ ਇਹ ਚੰਗੀ ਗੱਲ ਆ। ਚੰਗੀ ਗੱਲ ਇਹ ਜਿਹੜਾ ਉਹਨਾਂ ਦਾ ਫੈਸਲਾ ਨਾ ਬਈ ਆਪਾਂ ਚਲੋ ਹਾਸੇ ਮਜ਼ਾਕ 'ਚ ਲੈ ਕੇ ਪਹਿਲਾਂ ਗੱਲ ਇਹ ਬੜਾ ਦਲੇਰਾਨਾ ਕਦਮ ਚੁੱਕਿਆ ਉਹਨਾਂ ਨੇ ਬਹੁਤ ਵੱਡੀ ਗੱਲ ਆ। ਜੇ ਦੂਸਰੀਆਂ ਸਰਕਾਰਾਂ ਆਪਾਂ ਕੰਨੀ ਆਪਾਂ ਝਾਤ ਮਾਰ ਕੇ ਦੇਖੀਏ ਜੇ ਉਹਨਾਂ ਨੇ ਇਹ ਫੈਸਲਾ ਲਿਆ ਹੁੰਦਾ ਕਿੰਨੇ ਕਿੰਨੇ ਘਪਲੇ ਹੋਏ ਨੇ ਵੱਡੇ ਵੱਡੇ ਵਿੱਚੇ ਦਵਾਲੇ ਉਹਨਾਂ ਨੇ ਤਾਂ ਬਹੁਤ ਸਮਾਂ ਪਹਿਲਾਂ ਹੀ ਰਿਸ਼ਵਤਖੋਰੀ ਨੂੰ ਠੱਲ ਪੈ ਜਾਂਦੀ। ਸਭ ਤੋਂ ਵੱਡਾ ਸਮੱਸਿਆ ਹੁਣ ਪੰਜਾਬ ਦੀ ਆ ਨਾ ਨਸ਼ੇ ਦੀ ਹੋ ਗਈ ਰਿਸ਼ਵਤਖੋਰੀ ਦੀ ਹੋ ਗਈ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ NRI ਪੰਜਾਬੀ ਟੈਲੀਵਿਜ਼ਨ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਸੁਖਮਿੰਦਰ ਧਾਲੀਵਾਲ। ਮੈਂ ਹਾਂ ਹਰਬੰਸ ਸਿੰਘ ਮੰਡੇਰ। ਸਤਿ ਸ਼੍ਰੀ ਅਕਾਲ ਦੋਸਤੋ। ਦੇਸੀ ਗੱਲਾਂ ਵਿਦੇਸ਼ੀ ਧਰਤੀ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਂਜੀ ਮੰਡੇਰ ਸਾਹਿਬ ਕੀ ਹਾਲ ਚਾਲ ਨੇ ਫਿਰ? ਹਾਲ ਚਾਲ ਬਹੁਤ ਵਧੀਆ ਮਹਾਰਾਜ ਤੁਸੀਂ ਦੱਸੋ। ਠੀਕ ਹੈ ਬਿਲਕੁਲ। ਹੁਣ ਤਾਂ ਕਹਿੰਦੇ ਪੰਜਾਬ 'ਚ ਵੀ ਕੈਨੇਡਾ ਵਰਗੀ ਠੰਡ ਹੋ ਗਈ। ਹਾਂ ਮੀਂਹ ਪੈ ਗਿਆ। ਮੈਂ ਵੀ ਖਬਰਾਂ ਪੜ੍ਹਦਾ ਸੀ ਵੀ ਮੀਂਹ ਨਾਲ ਕੁਛ ਨਾ ਕੁਛ ਠੰਡ ਪੈ ਗਈ ਪਰ ਨਾਲ ਦੀ ਨਾਲ ਹੀ ਸਿਆਸੀ ਖਾੜਾ ਭਖ ਗਿਆ। ਅੱਛਾ ਉਹਦੇ ਨਾਲ ਸਿਆਸੀ ਗਰਮੀ ਪੈਦਾ ਹੋ ਗਈ। ਆਹੋ ਸਿਆਸੀ ਖਾੜਾ ਭਖਣਾ ਫਿਰ ਉਹ ਸੰਗਰੂਰ ਦੀ ਜ਼ਮੀਨੀ ਚੋਣ ਦਾ ਐਲਾਨ ਜਿਹੜਾ ਹੋ ਗਿਆ ਨਾ ਉਹਦੇ ਕਰਕੇ ਫਿਰ ਸਿਆਸੀ ਖਾੜਾ ਭਖਣਾ ਸੀ। ਉਹਦੇ ਕਰਕੇ ਵੀ ਸਿਆਸੀ ਖਾੜਾ ਭਖ ਚੱਲਿਆ। ਸਿਮਰਜੀਤ ਸਿੰਘ ਮਾਨ ਨੇ ਵੀ ਐਲਾਨ ਕਰਤਾ। ਹਾਂਜੀ ਸ਼੍ਰੋਮਣੀ ਅਕਾਲੀ ਦਲ ਮਾਨ ਨੇ ਸਮਝ ਲਓ ਸਿਮਰਜੀਤ ਸਿੰਘ ਮਾਨ ਨੂੰ ਉਮੀਦਵਾਰ ਐਲਾਨ ਤਾ
ਤੇ ਬਾਕੀ ਪਾਰਟੀਆਂ ਵੀ ਅੰਦਰੋਂ ਖਾਤੇ ਹੁਣ ਕਰ ਰਹੀਆਂ ਨੇ। ਅੱਛਾ, ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 5 ਮੈਂਬਰੀ ਕਮੇਟੀ ਬਣਾਈ ਆ ਕੱਲ, ਉਹ ਸੋਚਦੇ ਨੇ ਖਤਰੇ 'ਚ ਲੱਗਦਾ। ਹਾਂਜੀ, ਪੰਥ ਖਤਰੇ 'ਚ ਜ਼ਿਆਦਾਤਰ ਦੇਖੋ, ਇਹਨਾਂ ਨੂੰ ਖਤਰਾ ਇਹੀ ਹੋਇਆ ਪਿਆ ਵੀ ਜਿੱਥੇ ਆਪਾਂ ਜੇ ਪਿਛਲਾ ਝਾਤ ਮਾਰਦੇ ਆ ਨਾ, ਬਈ ਜ਼ਿਆਦਾਤਰ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਆ ਜਿਮਣੀ ਚੋਣ ਵੀ ਉਹੀ ਜਿੱਤਦੀ ਆ। ਇਹਨਾਂ ਨੂੰ ਹੁਣ ਇਹ ਆ ਵੀ ਸਾਰੇ ਇਕੱਠੇ ਹੋ ਕੇ ਆਮ ਆਦਮੀ ਨੂੰ ਢਾਹੁਣ ਨੂੰ ਫਿਰਦੇ ਆ। ਬਣਨਾ ਦੇਖੋ ਪਤਾ ਨਹੀਂ ਕੀ ਆ। ਵੈਸੇ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ ਇੱਕ ਜਿਮਣੀ ਚੋਣ ਵੀ ਸਰਕਾਰ ਹਾਰ ਗਈ ਸੀ, ਪਤਾ ਹੋਊ ਤੁਹਾਨੂੰ। ਹਾਂਜੀ ਹਾਂਜੀ, ਮਨਪ੍ਰੀਤ ਸਿੰਘ ਵਾਲੀ ਨੇ ਪਟਾਕਾ ਮਾਰਿਆ ਸੀ। ਹਾਂਜੀ, ਜ਼ਰੂਰੀ ਨਹੀਂ ਹੁੰਦਾ ਲੋਕਾਂ ਦਾ ਪਿਆਰ ਜਿਹਦੇ ਨਾਲ ਹੁੰਦਾ ਹੈ ਤੇ ਲੋਕਾਂ ਦੇ ਦਿਲ ਜਿੱਤਣੇ ਪੈਂਦੇ ਨੇ ਉਹਦੇ ਲਈ। ਹਾਂਜੀ ਬਿਲਕੁਲ, ਜਿਮਨੀ ਚੋਣ 'ਚ ਫਿਰ ਜਾਇਆ ਜਾਂਦਾ। ਹਾਂਜੀ ਹਾਂਜੀ, ਸਾਰੀਆਂ ਪਾਰਟੀਆਂ ਲੱਗੀਆਂ ਨੇ ਅੱਡੀ ਚੋਟੀ ਦਾ ਜਿਵੇਂ ਕਹਿੰਦੇ ਜ਼ੋਰ ਲਾਉਣ। ਬਿਲਕੁਲ, ਤੇ ਸੁਨੀਲ ਜਾਖੜ ਜੀ ਵੀ ਕੱਲ ਅਮਿਤ ਸ਼ਾਹ ਨੂੰ ਮਿਲ ਕੇ ਆਏ ਨੇ, ਉਹ ਵੀ ਉੱਥੋਂ ਮੇਰੇ ਖਿਆਲ ਕਾਂਗਰਸ ਨੂੰ ਅਲਵਿਦਾ ਕਹਿਤਾ ਉਹਨਾਂ ਨੇ। ਹਾਂਜੀ ਹਾਂਜੀ, ਉਹ ਸਿੰਘ ਤਿੱਖੇ ਕਰਾ ਕੇ ਆਉਣਗੇ ਹੁਣ ਉੱਥੋਂ, ਮੇਰਾ ਖਿਆਲ ਆ ਕੋਈ ਕਲਗੀ ਲੱਗੂ ਉਹਨਾਂ ਦੇ, ਕੋਈ ਅਹੁਦਾ ਦੇਣਗੇ ਉਹਨਾਂ ਨੂੰ। ਸਿੰਘ ਤਿੱਖੇ ਕਰਕੇ ਆਉਣ ਕਰਾਉਣ ਗਏ ਨੇ, ਮੈਨੂੰ ਲੱਗਦਾ ਉਧਰੋਂ ਸਿੰਘ ਚੋਪੜ ਕੇ ਮੋੜਨਗੇ ਵੀ ਚੱਲ ਬਈ ਸੰਗਰੂਰ, ਮੈਨੂੰ ਐਂ ਲੱਗਦਾ ਇਹ ਤਾਂ ਨਹੀਂ ਹੋਜੂ ਕਿਤੇ। ਦੇਖੋ, ਕਹਿ ਨਹੀਂ ਸਕਦੇ ਕੁਛ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਤੇ ਪਰ ਆਮ ਆਦਮੀ ਪਾਰਟੀ ਦਾ ਵੀ ਦੇਖੋ ਪਤਾ ਨਹੀਂ ਵੀ ਕਿਹਨੂੰ ਖੜਾਉਣਾ ਜੀ, ਤੇ ਜਿੱਥੋਂ ਤੱਕ ਲੱਗਦਾ ਮੈਨੂੰ ਜਿਸ ਤਰ੍ਹਾਂ ਅਮਨ ਅਰੋੜਾ ਸਭ ਤੋਂ ਸੀਨੀਅਰ ਸੀਗਾ ਇਹਨਾਂ ਦਾ, ਪੁਰਾਣੇ ਵੀ 2 ਵਾਰੀ ਜਿੱਤਿਆ ਹੋਇਆ, ਜਿਸ ਤਰ੍ਹਾਂ ਵੀ ਉਹਨਾਂ ਨੂੰ ਕੈਬਨਿਟ ਮਿਨਿਸਟਰ 'ਚ ਨਹੀਂ ਲਿਆ ਹੈ ਨਾ ਜੀ, ਮੰਤਰੀ ਨਹੀਂ ਬਣਾਇਆ, ਤੇ ਹੁਣ ਜਦੋਂ ਆਪਣਾ ਸਿੰਗਲਾ ਸਾਹਿਬ ਦਾ ਕਾਂਡ ਹੋਇਆ ਉਸ ਤੋਂ ਬਾਅਦ ਵੀ ਕਿਆ ਸਰ ਆਈਆਂ ਸੀ ਵੀ ਸ਼ਾਇਦ ਉਹਨਾਂ ਨੂੰ ਹੈਲਥ ਮਿਨਿਸਟਰ ਬਣਾ ਦੇਣ, ਪਰ ਉਹ ਸੀਐਮ ਸਾਹਿਬ ਨੇ ਮੇਰੇ ਖਿਆਲ ਆਪਣੇ ਕੋਲ ਰੱਖ ਲਿਆ ਫੇਰ ਉਹਦਾ, ਉੱਧਰ ਨੂੰ ਵੀ ਥੋੜ੍ਹੀ ਜਾਂਦੀ ਆ। ਸਿੰਗਲਾ ਜਿਹੜਾ ਮੰਤਰੀ ਉਹਨਾਂ ਨੇ ਬਰਖਾਸਤ ਕੀਤਾ ਮੁੱਖ ਮੰਤਰੀ ਸਾਹਿਬ ਨੇ, ਹਾਂਜੀ ਉਹ ਵੀ ਬੜਾ ਆਪਦੇ ਵਿੱਚ ਕਮਾਲ ਦੀ ਅਦਾਕਾਰੀ ਆ ਉਹ। ਹਾਂਜੀ, ਅਦਾਕਾਰੀ ਆ, ਫਿਰ ਪਵਾਤੀਆਂ ਭਗਵੰਤ ਮਾਨ ਨੇ ਥਾਪੀਆਂ ਉਹਦੀਆਂ, ਉਹ ਵੀ ਕਹਿੰਦੇ ਭਾਣਜੇ ਨਹੀਂ ਮਾਂਜਿਆ ਹੈ, ਭਾਣਜੇ ਬੜੇ ਮਸ਼ਹੂਰ ਹੋਏ ਨੇ ਧਾਲੀਵਾਲ ਸਾਹਿਬ। ਇਹੀ ਮੈਂ ਤੁਹਾਨੂੰ ਗੱਲ ਪੁੱਛਣੀ ਸੀ ਵੀ 5-7 ਮਹੀਨਿਆਂ ਦੇ ਨਾ ਭਾਣਜੇ ਬੜੇ ਸਰਗਰਮ ਹੋਣ ਲੱਗੇ ਆ, ਉਹ ਕਹਿੰਦੇ ਚੰਨੀ ਸਾਹਿਬ ਦਾ ਭਾਣਜਾ ਹੈ ਤੇ ਇਧਰੋਂ ਸਿੰਗਲਾ ਸਾਹਿਬ ਦਾ ਭਾਣਜਾ। ਬਿਲਕੁਲ, ਉਹ ਕਹਿੰਦੇ ਨਾ ਇੱਕ ਕਹਾਵਤ ਨਹੀਂ ਬਣੀ, ਉਹ ਜਦੋਂ ਬਿਜਲੀ ਕੜਕਦੀ ਹੋਵੇ ਬੀਬੀਆਂ ਕਹਿ ਦਿੰਦੀਆਂ ਵੀ ਮਾਮਾ ਭਾਣਜਾ ਇਕੱਠੇ ਨਹੀਂ ਹੋਣੇ ਚਾਹੀਦੇ, ਬਿਜਲੀ ਗਿਰ ਜਾਂਦੀ ਹੈ। ਹਾਂਜੀ ਹਾਂ, ਉਹ ਵੈਸੇ ਰਾਜਨੀਤੀ 'ਚ ਵੀ ਨਹੀਂ ਇਕੱਠੇ ਹੋਣੇ ਚਾਹੀਦੇ ਮੇਰੇ ਹਿਸਾਬ ਨਾਲ। ਹੈ, ਇੱਥੋਂ ਤਾਂ ਇਹੀ ਲੱਗਦਾ ਹੋਣਾ ਵੀ ਰਾਜਨੀਤੀ 'ਚੋਂ ਵੀ ਇਹ ਦੂਰੀ ਰਹਿਣ, ਬਿਜਲੀ ਨਾਲੋਂ ਵੀ ਮਾੜੀ ਆ ਰਾਜਨੀਤੀ, ਬਿਜਲੀ ਨਾਲੋਂ ਵੀ ਮਾੜੀ ਆ। ਬਿਲਕੁਲ ਬਿਲਕੁਲ, ਇਹ ਗਾਚੇ ਤੇ ਜਿਹੜੀ ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਆਪ ਤਾਂ ਡੋਬੇ, ਜਜਮਾਨ ਵੀ ਡੋਬੇ, ਜਜਮਾਨ ਵੀ ਡੋਬੇ, ਆਪ ਤਾਂ ਡੋਬੇ ਨਾਲ ਉਹਨਾਂ ਨੂੰ ਲੈ ਬੈਠੇ ਹੈ ਜੀ। ਤੇ ਇਹ ਜਿਹੜਾ ਕਾਂ ਮਾਰ ਕੇ ਟੰਗਿਆ ਮੁੱਖ ਮੰਤਰੀ ਸਾਹਿਬ ਨੇ, ਉਹ ਕਹਿੰਦੇ ਹੁੰਦੇ ਜੀ ਜੇ ਮਾੜੇ ਬਾਗ ਦੇ ਵਿੱਚ ਕੋਈ ਮਾੜੇ ਆਉਂਦੇ ਆ ਆਪਣੇ ਖਰਾਬ ਕਰਦੇ ਆ ਜਾਨਵਰ ਕਿਸੇ ਚੀਜ਼ ਨੂੰ, ਤੁਹਾਡੇ ਫਰੂਟ ਨੂੰ ਖਰਾਬ ਕਰਦੇ ਆ, ਤੁਹਾਡੀਆਂ ਸਬਜ਼ੀਆਂ ਖਰਾਬ ਕਰਦੇ ਆ, ਕਹਿੰਦੇ ਕਾਂ ਮਾਰ ਕੇ ਟੰਗ ਦਿਓ। ਹਾਂਜੀ, ਫਿਰ ਦੂਜੇ ਸੁਚੇਤ ਹੋ ਜਾਂਦੇ ਨੇ। ਬਿਲਕੁਲ ਜੀ, ਹਾਂਜੀ ਹਾਂਜੀ, ਦੂਸਰੇ ਫਿਰ ਛੋਟੇ ਮੋਟੇ ਤਾਂ ਆਪੇ ਡਰਨ ਲੱਗ ਜਾਂਦੇ ਆ। ਨਾਲ ਦੀ ਨਾਲ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਕਹਿਤਾ ਵੀ 2 ਹੋਰ ਨੇ ਮੇਰੀ ਰਡਾਰ 'ਤੇ। ਹਾਂ, ਹੁਣ ਉਹ 2 ਸੋਚੀ ਜਾਣਗੇ ਵੀ ਕਿਹੜੇ ਹੈ, ਉਹ ਕਹੂਗਾ ਮੇਰੇ 'ਤੇ ਨਾ ਆ ਜੇ ਨੰਬਰ, ਉਹ ਕਹੂ ਮੇਰੇ 'ਤੇ ਨਾ ਆ ਜੇ। ਮੈਨੂੰ ਇਹ ਲੱਗਦਾ ਕਈ ਦਿਨਾਂ ਦੇ ਵੀ ਮੰਤਰੀਆਂ ਨਾਲੋਂ ਵੱਧ ਜਿਹੜੇ ਥੱਲੇ ਚੇਅਰਮੈਨੀਆਂ ਵਾਲੇ ਸੀ ਜਾਂ ਹੋਰ ਹੇਠਲੇ ਕੈਡਰ ਦੇ ਵੀ ਚੌਧਰੀ ਹੁੰਦੇ ਨੇ ਨਾ, ਹਾਂਜੀ, ਉਹਨਾਂ ਦੇ ਕੰਨ ਜ਼ਿਆਦਾ ਚੱਕੇ ਹੋਏ ਨੇ, ਕਿਉਂਕਿ ਥਾਣੇ ਦਰਬਾਰੇ ਉਹਨਾਂ ਦੀ ਜ਼ਿਆਦਾ ਪੁੱਛ ਗਿੱਛ ਹੁੰਦੀ ਹੈ, ਮੰਤਰੀ ਤਾਂ ਉੱਪਰਲੇ ਲੈਵਲ ਦੇ ਹੁੰਦੇ ਨੇ। ਹਾਂਜੀ ਹਾਂਜੀ, ਅਤੇ ਉਹਨਾਂ ਦਾ ਕੀ ਬਣੂ ਫਿਰ ਮੰਡੇਰ ਸਾਹਿਬ? ਬਸ ਉਹਨਾਂ ਨੂੰ ਵੀ ਇੱਕ ਵਾਰੀ ਤਾਂ ਖੈਰ ਡਰ ਇਹਦੇ 'ਚ ਪੈਦਾ ਹੋ ਹੀ ਗਿਆ ਸਭ ਦਾ, ਬਿਲਕੁਲ ਸਾਰਿਆਂ 'ਚ ਹੀ ਡਰ ਪੈਦਾ ਹੋ ਗਿਆ, ਪਰ ਇਹ ਚੰਗੀ ਗੱਲ ਆ। ਚੰਗੀ ਗੱਲ, ਇਹ ਜਿਹੜਾ ਉਹਨਾਂ ਦਾ ਫੈਸਲਾ ਨਾ ਬਈ ਆਪਾਂ ਚਲੋ ਹਾਸੇ ਮਜ਼ਾਕ 'ਚ ਲੈ ਕੇ ਪਹਿਲਾਂ ਗੱਲ, ਇਹ ਬੜਾ ਦਲੇਰਾਨਾ ਕਦਮ ਚੁੱਕਿਆ ਉਹਨਾਂ ਨੇ, ਬਹੁਤ ਵੱਡੀ ਗੱਲ ਆ। ਜੇ ਦੂਸਰੀਆਂ ਸਰਕਾਰਾਂ ਆਪਾਂ ਕੰਨੀ ਆਪਾਂ ਝਾਤ ਮਾਰ ਕੇ ਦੇਖੀਏ, ਜੇ ਉਹਨਾਂ ਨੇ ਇਹ ਫੈਸਲਾ ਲਿਆ ਹੁੰਦਾ, ਕਿੰਨੇ ਕਿੰਨੇ ਘਪਲੇ ਹੋਏ ਨੇ ਵੱਡੇ ਵੱਡੇ ਪਿੱਛੇ ਦਵਾਲੇ ਉਹਨਾਂ ਨੇ, ਤਾਂ ਬਹੁਤ ਸਮਾਂ ਪਹਿਲਾਂ ਹੀ ਰਿਸ਼ਵਤਖੋਰੀ ਨੂੰ ਠੱਲ ਪੈ ਜਾਂਦੀ। ਸਭ ਤੋਂ ਵੱਡਾ ਸਮੱਸਿਆ ਹੁਣ ਪੰਜਾਬ ਦੀ ਆ ਨਾ, ਨਸ਼ੇ ਦੀ ਹੋ ਗਈ, ਰਿਸ਼ਵਤਖੋਰੀ ਦੀ ਹੋ ਗਈ, ਦੋ ਵੱਡੇ ਚੈਲੰਜ ਨੇ ਸਰਕਾਰ ਲਈ। ਜੀ ਜੀ ਜੀ, ਤਾਂ ਹੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਪ੍ਰਾਇਓਰਟੀ ਲੋਕਾਂ ਨੂੰ ਦੇਣੀ ਆ, ਹਾਂਜੀ, ਜਿਨ੍ਹਾਂ ਨੇ ਸਾਨੂੰ ਵੋਟ ਪਾ ਕੇ ਸਾਡੇ 'ਤੇ ਯਕੀਨ ਕਰਕੇ ਸਾਡੇ 'ਤੇ ਆਸਾਂ ਲਾਈਆਂ ਨੇ, ਪਹਿਲਾ ਨੰਬਰ ਉਹਨਾਂ ਦਾ, ਪ੍ਰਾਇਓਰਟੀ ਉਹਨਾਂ ਨੂੰ ਦੇਣੀ ਆ। ਹਾਂਜੀ, ਠੀਕ ਹੈ, ਕੋਈ ਉਹਨਾਂ ਤੋਂ ਰਿਸ਼ਵਤ ਮੰਗਦਾ, ਕੋਈ ਉਹਨਾਂ ਨੂੰ ਦੁੱਖ ਤਕਲੀਫ ਹੈ, ਤਾਂ ਸਭ ਤੋਂ ਪਹਿਲਾਂ ਉਹਨਾਂ ਦੀ ਵਾਰੀ ਆ, ਲੀਡਰ ਬਾਅਦ 'ਚ, ਪਾਰਟੀ ਬਾਅਦ 'ਚ।
ਦੇਖੋ ਚਾਹੀਦਾ ਵੀ ਆ ਜੀ, ਜਿਸ ਤਰ੍ਹਾਂ ਲੋਕਾਂ ਨੇ ਭਰੋਸਾ ਕਰਕੇ ਵੋਟਾਂ ਪਾਈਆਂ ਨੇ, ਜੇ ਉਹਦੇ 'ਤੇ ਖਰਾ ਉਤਰਨਗੇ ਤਾਂ ਹੀ ਫਿਰ ਦੁਬਾਰੇ ਵੀ ਚਾਂਸ ਬਣਨਗੇ ਆਉਣ ਦੇ, ਨਹੀਂ ਤਾਂ ਰਵਾਇਤੀ ਪਾਰਟੀਆਂ ਵਾਂਗੂ ਦੂਜੇ ਤਾਂ ਫਿਰ ਉੱਤਰ ਕਾਟੋ ਮੈਂ ਚੜ੍ਹਾਂ ਉਹ ਤਾਂ ਫਿਰ ਆਈ ਜਾਂਦੇ ਸੀ, ਪਹਿਲਾਂ ਵੀ ਆਈ ਜਾਂਦੇ ਸੀਗੇ, ਜੇ ਕੁਛ ਨਾ ਕੁਛ ਇਹ ਬਦਲਾਅ ਕਰਨਗੇ ਤਾਂ ਫਿਰ ਹੀ ਪੰਜਾਬ ਦਾ ਵੀ ਭਲਾ ਫੇਰ ਹੀ ਹੋ ਸਕਦਾ। ਪਰਿਵਾਰਵਾਦ ਦੀ ਰਾਜਨੀਤੀ ਤੋਂ ਥੋੜ੍ਹਾ ਦੂਰ ਹਟ ਕੇ ਚੱਲਣ ਦਾ ਇਹਨਾਂ ਨੇ ਤਹੀਆ ਕੀਤਾ ਹੈ। ਹਾਂਜੀ, ਪਰ ਕੱਲ੍ਹ ਦਾ ਮੈਂ ਦੇਖ ਰਿਹਾ ਇੱਕ ਪੋਸਟਰ ਲੱਗੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਭੈਣ ਜੀ, ਹਾਂਜੀ ਸੰਗਰੂਰ ਕੌਰ, ਹਾਂਜੀ ਉਹਨਾਂ ਦੇ ਪੋਸਟਰ ਕੰਧਾਂ 'ਤੇ ਲਾਏ ਹੋਏ ਨੇ, ਪਤਾ ਨਹੀਂ ਕਿਸੇ ਨੇ ਰਾਜਨੀਤੀ ਖੇਡੀ ਹੈ ਜਾਂ ਮੁੱਖ ਮੰਤਰੀ ਸਾਹਿਬ ਦੀ ਸਹਿਮਤੀ ਨਾਲ ਲਾਏ ਨੇ ਜਾਂ ਅਸਹਿਮਤੀ ਨਾਲ ਨੇ, ਉਹ ਉਹਨਾਂ ਨੂੰ ਪਤਾ, ਪਰ ਕੱਲ੍ਹ ਦਾ ਮੀਡੀਆ ਦਾ ਚਰਚਾ ਬਣਿਆ ਹੋਇਆ ਨੇ। ਹਾਂਜੀ ਕਾਫੀ, ਪਰ ਉਹ ਲੋਕ ਵੀ ਚਾਹੁੰਦੇ ਨੇ ਨਾ ਜੀ, ਲੋਕ ਵੀ ਚਾਹੁੰਦੇ ਨੇ, ਪਿਆਰ ਕਰਦੇ ਨੇ ਮਾਨ ਸਾਹਿਬ ਨੂੰ, ਪਿਆਰ ਕਰਦੇ ਨੇ, ਉਹਨਾਂ ਨੇ ਫੈਸਲੇ ਐਡੇ ਐਡੇ ਜਿਹੜੇ ਵੱਡੇ ਲਏ ਨੇ, ਹੈ ਨਾ ਜੀ, ਉਹਨਾਂ ਦੇ ਪਰਿਵਾਰ ਪ੍ਰਤੀ ਲਾ ਲਓ ਵੀ ਐਟੋਮੈਟਿਕਲੀ ਆ ਵੀ ਹਮਦਰਦੀ ਹੋਣੀ, ਹੈ ਨਾ ਵੀ ਉਹਨਾਂ ਨੂੰ ਲੱਗ ਰਿਹਾ ਵੀ ਇਹਦੇ 'ਚੋਂ ਕੋਈ ਭਵਿੱਖ ਦਿਸ ਰਿਹਾ, ਤਾਂ ਹੀ ਲੋਕ ਚਾਹੁੰਦੇ ਨੇ, ਤਾਂ ਹੀ ਉਹ ਕਹਿੰਦੇ ਨੇ ਵੀ ਉਹਨਾਂ ਨੂੰ ਬਣਾਇਆ ਜਾਵੇ। ਬਾਕੀ ਦੇਖੋ ਪਾਰਟੀਆਂ ਦੇ ਫੈਸਲੇ ਨੇ, ਕਿਹਨੂੰ ਲਿਆਉਂਦੇ ਨੇ, ਪਰ ਮੈਨੂੰ ਨਹੀਂ ਲੱਗਦਾ ਮੰਡੇਰ ਸਾਹਿਬ, ਕਿਉਂਕਿ ਮਾਨ ਸਾਹਿਬ ਤਾਂ ਆਪ ਪਰਿਵਾਰਵਾਦ ਦੀ ਰਾਜਨੀਤੀ 'ਤੇ ਇੱਕ ਟਕਸ ਕਰਦੇ ਰਹੇ ਨੇ। ਹਾਂ ਨਹੀਂ ਉਹ ਤਾਂ ਨਹੀਂ, ਮੈਨੂੰ ਵੀ ਨਹੀਂ ਲੱਗਦਾ ਕਰਦੇ, ਪਰ ਉਹ ਲੋਕਾਂ ਦੀ, ਚਲੋ ਲੋਕਾਂ ਦੀ ਤਾਂ ਆਵਾਜ਼ ਹੁੰਦੀ ਆ, ਲੋਕ ਚਾਹੁੰਦੇ ਨੇ ਉਹ, ਪਰ ਮੈਨੂੰ ਵੀ ਨਹੀਂ ਲੱਗਦਾ ਉਹ ਵੀ ਆਪਦੇ ਭੈਣ ਨੂੰ ਉਹ ਟਿਕਟ ਦਵਾਉਣ, ਕਿਸੇ ਸੀਨੀਅਰ ਲੀਡਰ ਨੂੰ ਮੇਰੇ ਹਿਸਾਬ ਨਾਲ ਲੜਾ ਸਕਦੇ ਨੇ। ਅਤੇ ਬਾਕੀ ਢੀਂਡਸਾ ਪਰਿਵਾਰ ਇਸ ਲਾਈਨ 'ਚੋਂ ਗੈਪ ਜਿਹਾ ਲੱਗਦਾ ਹੈ। ਢੀਂਡਸਾ ਸਾਹਿਬ ਤਾਂ ਧਾਲੀਵਾਲ ਸਾਹਿਬ ਜਦੋਂ ਦਾ ਫਿਰ ਜਿਵੇਂ ਕਹਿੰਦੇ ਪਾਰਟੀ ਦੇ ਨਾਲ ਹੀ ਹੁੰਦੀਆਂ ਨੇ ਗੱਲਾਂ, ਜਦੋਂ ਇੰਨੇ ਸਾਲ ਆਪਾਂ ਰਹਿ ਲਈਏ ਪਾਰਟੀ 'ਚੋਂ, ਸਭ ਕੁਛ ਕਰਿਆ ਹੋਵੇ, ਮੁਕਾਮ ਹਾਸਲ ਹੋ ਪਾਰਟੀ 'ਚੋਂ ਕਰਿਆ ਆਪਾਂ, ਹੈ ਨਾ ਬਈ, ਜਦੋਂ ਆਪਾਂ ਪਾਰਟੀਆਂ ਛੱਡ ਦਿੰਦੇ ਹਾਂ ਤਾਂ ਜਿਵੇਂ ਕਹਿੰਦੇ ਨਾ ਵੀ ਅੰਗੂਰ ਬਣ ਕੇ ਅੰਗੂਰਾਂ ਦੇ ਗੁੱਸੇ 'ਚ ਹੀ ਰਹਿਣਾ ਪੈਂਦਾ, ਅਤੇ ਜਦੋਂ ਇੱਕ ਅੰਗੂਰ ਪਾਸੇ ਨਿਕਲ ਜਾਂਦਾ ਫਿਰ ਆਪਾਂ ਨੂੰ ਪਤਾ ਹੀ ਉਹਦਾ ਕੀ ਹਾਲ ਹੁੰਦਾ। ਅਤੇ ਸਭ ਤੋਂ ਪੁਰਾਣੇ ਬੰਦੇ ਸੀਗੇ ਇਹ ਪਾਰਟੀ ਛੱਡ ਕੇ, ਜਿੰਨੇ ਵੀ ਆਪਾਂ ਪੁਰਾਣੇ ਝਾਤ ਮਾਰ ਕੇ ਦੇਖ ਲਈਏ, ਜਿੰਨੇ ਹੋਰ ਪਾਰਟੀਆਂ ਛੱਡ ਕੇ ਗਏ ਆ, ਉਹ ਫਿਰ ਐਂ ਬਸ ਹੁੰਦਾ ਇਹਨਾਂ ਦਾ ਘਰ ਵਰਗੀ ਰੀਸ ਨਹੀਂ ਕਹਿ ਦਿੰਦੇ। ਹਾਂਜੀ, ਚਾਹੇ ਵਿਦੇਸ਼ 'ਚ ਵਗ ਲਓ, ਜਿੱਥੇ ਮਰਜ਼ੀ ਘੁੰਮ ਫਿਰੇ ਆਓ, ਪਰ ਜਿਹੜਾ ਘਰ ਹੁੰਦਾ ਘਰ ਵਰਗੀ ਕਿਤੇ ਰੀਸ ਨਹੀਂ ਹੈਗੀ। ਹਾਂਜੀ, ਇਹ ਤਾਂ ਜਿਹੜਾ ਸਤਿਕਾਰ ਆਪਦੇ ਘਰ ਮਿਲੂਗਾ, ਬਾਹਰ ਨਹੀਂ ਮਿਲਦਾ, ਥੋੜ੍ਹਾ ਚਿਰਾ ਹੁੰਦਾ ਜੇ ਮਿਲਦਾ ਵੀ ਆ। ਨਵੀਆਂ ਪਾਰਟੀਆਂ ਨੂੰ ਬੜਾ ਟਾਈਮ ਲੱਗਦਾ ਜੀ ਬਣਾਉਣ ਨੂੰ, ਇੰਨਾ ਛੇਤੀ ਨਹੀਂ ਕਾਮਯਾਬ ਹੋ ਜਾਂਦੀਆਂ ਨਵੀਆਂ ਪਾਰਟੀਆਂ, ਬੜਾ ਸਮਾਂ ਲੱਗਦਾ। ਨਾਲੇ ਹੁਣ ਪਾਰਟੀਆਂ ਬੜੀਆਂ ਚਲਾਉਣੀਆਂ ਔਖੀਆਂ, ਬਹੁਤ ਕਰੋੜਾਂ 'ਚ ਖਰਚਾ ਹੁੰਦਾ, ਖਰਚਾ ਵੀ ਹੁੰਦਾ ਜੀ। ਬਾਕੀ ਜਦੋਂ ਨਵੇਂ ਨਵੇਂ ਆਈ ਜਾਂਦੇ ਆ, ਜਿਵੇਂ ਹੁਣ ਆਮ ਆਦਮੀ ਪਾਰਟੀ ਆ ਗਈ, ਇਹਨਾਂ ਦਾ ਕੋਈ ਹੋਰ ਸੋਚ ਆ, ਫਿਰ ਉਸ ਲੈਵਲ ਦੀ ਰਾਜਨੀਤੀ ਦੂਸਰਿਆਂ ਨੂੰ ਵੀ ਸੋਚਣਾ ਪੈਂਦਾ ਹੈ ਜੀ, ਕਰਨੀ ਪੈਂਦੀ ਆ, ਅਤੇ ਉਹ ਹੁਣ ਰਵਾਇਤੇ ਪੁਰਾਣੇ ਸਮੇਂ ਦੇ ਮੁਤਾਬਕ ਚੱਲਦੇ ਸੀਗੇ, ਬਿਲਕੁਲ ਅਪਡੇਟ ਹੋਣਾ ਪੈਂਦਾ, ਅਪਡੇਟ ਹੋਣਾ ਜੀ। ਬਾਕੀ ਲੋਕਾਂ ਦੀ ਆਵਾਜ਼ ਕੀ ਆ, ਲੋਕ ਕੀ ਚਾਹੁੰਦੇ ਨੇ, ਕੀ ਪੰਜਾਬ ਦੇ ਭਲੇ ਲਈ ਕੀ ਗੱਲ ਚਾਹੀਦੀ ਆਪਾਂ ਨੂੰ, ਉਹ ਮੈਟਰ ਕਰਦਾ, ਹੈ ਨਾ ਜੀ। ਜੇ ਹੁਣ ਆਪਾਂ ਉਹੀ ਪੁਰਾਣੀਆਂ ਗੱਲਾਂ ਕਰੀ ਗਏ, ਉਹੀ ਭਾਸ਼ਣ ਦੇਈ ਗਏ ਆ ਕੇ, ਉਹ ਤਾਂ ਲੋਕ 70 ਸਾਲ ਦੇ ਸੁਣਦੇ ਆ ਰਹੇ ਨੇ, ਉਹਨਾਂ ਤੋਂ ਕਿਸੇ ਨੇ ਕੀ ਕਰਾਉਣਾ। ਬਾਕੀ ਗਲੀਆਂ ਨਾਲੀਆਂ 'ਚੋਂ, ਸਿਵਿਆਂ ਦੀਆਂ ਕੰਧਾਂ 'ਚੋਂ ਬਾਹਰ ਨਿਕਲ ਕੇ ਕੁਛ ਨਵਾਂ ਸੋਚਣਾ ਪੈਣਾ, ਅਤੇ ਫਿਰ ਹੀ ਗੱਲ ਬਣਨੀ ਹੈ ਮੇਰੇ ਹਿਸਾਬ ਨਾਲ ਤਾਂ। ਹਾਂਜੀ ਹਾਂਜੀ, ਉਹ ਤਾਂ 70 ਸਾਲ ਦੇ ਗਲੀਆਂ ਨਾਲੀਆਂ ਹੀ, ਜਿਵੇਂ ਪੰਜਾਬ ਮਾਈਗ੍ਰੇਸ਼ਨ ਕਰ ਰਿਹਾ, ਘਰ ਦਾ ਇਕੱਲੇ ਇਕੱਲੇ ਘਰ ਦਾ ਬੱਚਾ ਬਾਹਰ ਨੂੰ ਉਡਾਰੀ ਮਾਰ ਰਿਹਾ, ਉਸ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਵੀ ਅੱਗੇ ਰਾਜਨੀਤਿਕ ਪਾਰਟੀਆਂ ਝੋਲਾ ਧਰ ਦਿੰਦੀਆਂ ਸੀ ਵੀ ਆਹ ਲੈ ਫਲਾਨਾ ਸਿਆਂ ਜਥੇਦਾਰਾ ਤੇਰੇ ਪੋਤੇ ਨੂੰ ਕਹਿ ਦੀ, ਟੈਂਟ ਲਾ ਕੇ ਫਿਰ ਵੋਟਾਂ ਵਾਲੇ ਦਿਨ ਪਰਚੀਆਂ ਪੁਰਚੀਆਂ ਕੱਟੂਗਾ ਅਤੇ ਆਪਣੇ ਸਪੋਰਟ 'ਚ ਕੰਮ ਕਰੂ, ਹੈ ਨਾ। ਮੈਨੂੰ ਲੱਗਦਾ ਵੀ ਆਉਣ ਵਾਲੇ ਸਾਲਾਂ 'ਚ ਕੋਈ ਝੋਲਾ ਫੜਨ ਵਾਲਾ ਵੀ ਨਹੀਂ ਰਹਿਣਾ, ਇਸ ਹਿਸਾਬ ਨਾਲ ਤਾਂ ਫਿਰ ਰੈਲੀਆਂ 'ਤੇ ਕੌਣ ਜਾਊਗਾ। ਹਾਂਜੀ ਹਾਂਜੀ, ਜੇ ਇਸ ਇਹਦੇ ਵੱਲ ਧਿਆਨ ਨਾ ਦਿੱਤਾ, ਕੋਈ ਉਹਨਾਂ ਨੂੰ ਨੌਕਰੀਆਂ ਦਾ ਪ੍ਰਬੰਧ ਨਾ ਕੀਤਾ, ਚੰਗੀਆਂ ਸਿਹਤ ਸਹੂਲਤਾਂ ਦੇ, ਚੰਗੀ ਪੜ੍ਹਾਈ ਦਾ ਪ੍ਰਬੰਧ ਨਾ ਕੀਤਾ, ਰੁਜ਼ਗਾਰ ਦਾ ਪ੍ਰਬੰਧ ਨਾ ਕੀਤਾ, ਜੇ ਅਸੀਂ ਪੰਜਾਬ ਜਹਾਜ਼ ਚੜ੍ਹਦਾ ਰਿਹਾ ਤਾਂ ਮੇਰਾ ਖਿਆਲ ਆ ਰੈਲੀਆਂ 'ਤੇ ਤਾਂ ਛੱਡੋ, ਅਤੇ ਕੋਈ ਝੋਲਾ ਫੜਨ ਵਾਲਾ ਵੀ ਨਹੀਂ ਨਾ ਰਹਿਣਾ ਉੱਥੇ। ਪਰ ਮੈਨੂੰ ਧਾਲੀਵਾਲ ਸਾਹਿਬ ਇਹ ਪਾਰਟੀ ਦਾ ਇਹ ਜ਼ਰੂਰ ਚੰਗਾ ਲੱਗਿਆ ਵੀ ਜਿਵੇਂ ਐਲਾਨ ਕਰੇ ਸੀ ਨੌਕਰੀਆਂ ਦੇਵਾਂਗੇ, ਹੋਰ ਜਿੰਨੇ ਵੀ ਬਾਕੀ ਦੀਆਂ ਸਰਕਾਰਾਂ ਜੋ ਆਪਦੇ ਚੋਣ ਮੈਨੀਫੈਸਟੋ ਬਣਾਉਂਦੀਆਂ ਸੀਗੀਆਂ, ਉਹ ਪਿਛਲੇ ਸਾਲ 'ਚ ਜਾ ਕੇ 5ਵੇਂ ਸਾਲ 'ਚ ਜਾ ਕੇ ਉਹਨੂੰ ਲਾਗੂ ਕਰਦੀਆਂ, ਉਦੋਂ ਕੋਈ ਲਾਗੂ ਹੋ ਜਾਂਦੇ, ਕਈ ਫਿਰ ਵਿੱਚ ਵਿਚਾਲੇ ਰਹਿ ਜਾਂਦੇ, ਫਿਰ ਲੱਗ ਜਾਂਦਾ ਆਪਣਾ ਚੋਣ ਕੰਡਕਟ, ਹੈ ਜੀ। ਅਤੇ ਉਹਦੇ ਕਾਰਨ ਅੱਜ ਮੈਂ ਖ਼ਬਰ ਇੱਕ ਪੜ੍ਹਦਾ ਸੀ ਮਾਨ ਸਾਹਿਬ ਦਾ ਟਵੀਟ, ਅਤੇ
ਪੁਲਿਸ ਜਿਹੜੀ ਭਰਤੀ ਹੋ ਰਹੀ ਆ 4300 ਕੁਛ 4400 ਦੇ ਆਸ ਪਾਸ ਨਵੇਂ ਮੁੰਡੇ ਭਰਤੀ ਕਰਨੇ ਆ, ਕਹਿੰਦੇ ਥੋੜ੍ਹੇ ਦਿਨਾਂ 'ਚ ਉਹਦਾ ਟੈਸਟ ਲੈ ਕੇ ਉਹਨਾਂ ਨੂੰ ਨਿਯੁਕਤੀ ਪੱਤਰ ਵੰਡ ਦੇਣੇ ਆ। ਅਤੇ ਇਹ ਇਹਨਾਂ ਦੀ ਚੰਗੀ ਗੱਲ ਲੱਗੀ ਵੀ ਜਿਹੜੇ ਲਾਣ ਇਹਨਾਂ ਨੇ ਕਰੇ ਆ ਉਹ ਹੁਣ ਤੋਂ ਹੀ ਸਟਾਰਟ ਕਰਤੇ ਇਹਨਾਂ ਨੇ, ਵੀ ਉਦੋਂ ਤੱਕ 5 ਸਾਲਾਂ ਤੱਕ ਵੀ ਅਸੀਂ ਜਿੰਨੇ ਲਾਣ ਨੇ ਉਹ ਸਾਰੇ ਤਕਰੀਬਨ ਕਰਦੇ। ਦੇਖੋ ਸੁਧਾਰ ਤਾਂ ਫਿਰ ਹੀ ਹੋਊ, ਸੁਧਾਰ ਤਾਂ ਫਿਰ ਹੀ ਹੋਊ, ਜੇ ਉਹੀ 4 ਸਾਲ ਉਹਨਾਂ ਵਾਂਗੂ ਕਰੀ ਗਏ ਹੈ ਨਾ ਜੀ, ਅਤੇ ਫਿਰ ਉਹਨਾਂ 'ਤੇ ਇਹਦੇ 'ਚ ਫਰਕ ਕੀ ਰਹਿ ਗਿਆ? ਸ਼ੁਰੂਆਤ ਤਾਂ ਕਰਨੀ ਪਊਗੀ, ਜਦੋਂ ਸ਼ੁਰੂਆਤ ਹੁੰਦੀ ਹੈ ਫਿਰ ਉਹਦਾ ਉਹਦੇ ਵਿੱਚੋਂ ਊਣਤਾਵੀਆਂ ਲੱਭੀਆਂ ਜਾਂਦੀਆਂ ਨੇ, ਫਿਰ ਉਹਨੂੰ ਰਿਵਿਊ ਕੀਤਾ ਜਾਂਦਾ, ਫਿਰ ਉਹਨੂੰ ਸਹੀ ਲੀਹ 'ਤੇ ਪਾਇਆ ਜਾਂਦਾ। ਕਿਸੇ ਕੋਈ ਵੀ ਸਕੀਮ ਹੈ ਕਈ ਵਾਰੀ ਜਦੋਂ ਸ਼ੁਰੂਆਤ ਹੁੰਦੀ ਹੈ ਨਾ ਉਦੋਂ ਮਾੜੀ ਮੋਟੀਆਂ ਊਣਤਾਈਆਂ ਵੀ ਆ ਜਾਂਦੀਆਂ ਨੇ, ਹਾਂਜੀ, ਫਿਰ ਥੋੜ੍ਹਾ ਸਮਾਂ ਪੈ ਕੇ ਫਿਰ ਉਹ ਠੀਕ ਹੋ ਜਾਂਦੀਆਂ ਨੇ ਜੀ। ਦੇਖੋ ਨਵੀਂ ਪਾਰਟੀ ਆ, ਕੁਛ ਨਾ ਕੁਛ ਤਾਂ ਚਲੋ ਸਿੱਖ ਹੀ ਜਾਂਦੇ ਨੇ, ਸਿੱਖ ਹੀ ਪਤਾ ਲੱਗਦਾ ਹੈ ਨਾ, ਸਾਰੇ ਨਵੇਂ ਨੇ, ਚਲੋ ਮਾਨ ਸਾਹਿਬ ਪੁਰਾਣੇ ਨੇ ਹੋਰ ਹੁੰਦੇ, ਅਤੇ ਅੱਜ ਹੋਰ ਕੱਲ੍ਹ ਹੋਰ ਹੈ ਜੀ, ਅਤੇ ਤੋਈ ਜਾਣਾ। ਇੱਕ ਉੱਧਰ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਧਾਮੀ ਸਾਹਿਬ ਰਘਵੀਰ ਸਿੰਘ ਧਾਮੀ ਜੀ ਸਿਮਰਜੀਤ ਸਿੰਘ ਮਾਨ ਨੂੰ ਸਰੋਪਾ ਦੇਣ ਪਹੁੰਚ ਗਏ। ਅੱਛਾ ਜੀ, ਹਾਂਜੀ, ਉਹ ਉਹਨਾਂ ਦੇ ਘਰ ਪਿੰਡ ਕਿਲ੍ਹਾ ਹਰਨਾਮ ਸਿੰਘ। ਅੱਛਾ ਜੀ, ਅਤੇ ਧੰਨ ਧੰਨ ਹੋਈ ਪਈ ਹੈ ਪੰਜਾਬ ਦੀ ਜਿਹੜੀ ਅਕਾਲੀ ਰਾਜਨੀਤੀ ਹੈ ਜੀ, ਉਹਦੇ ਵਿੱਚ ਬੜਾ ਉਥਲ ਪੁਥਲ ਜਿਹੀ ਹੋਈ ਪਈ ਹੈ ਵੀ ਇਹ ਕਿਵੇਂ ਹੋ ਗਿਆ। ਦੇਖੋ ਕੀ ਕਹਿ ਸਕਦੇ ਹਾਂ ਜੀ, ਸਮਾਂ ਸਮਾਂ ਸਮਰੱਥ ਆ, ਕੁਛ ਵੀ ਕਰਾ ਸਕਦਾ ਹੈ ਜੀ, ਕੋਈ ਪਤਾ ਨਹੀਂ, ਕਿਉਂਕਿ ਜਿਹੜੀ ਸ਼੍ਰੋਮਣੀ ਕਮੇਟੀ 'ਤੇ ਅੱਗੇ ਠੱਪਾ ਲੱਗਦਾ ਹੁੰਦਾ ਸੀ ਇਹ ਵੀ ਇਹ ਬਾਦਲਾਂ ਦੀ ਸ਼੍ਰੋਮਣੀ ਕਮੇਟੀ ਹੈ, ਬਾਦਲ ਦੇ ਕਹੇ ਤੋਂ ਜਥੇਦਾਰ ਬੋਲਦਾ, ਬਾਦਲ ਦੇ ਕਹੇ ਤੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆਪਣੀ ਗੱਡੀ ਕੱਢ ਕੇ ਜਾਂਦਾ, ਜਿੱਧਰ ਨੂੰ ਉਹ ਭੇਜਦੇ ਨੇ ਉੱਧਰ ਨੂੰ ਜਾਂਦਾ, ਅਤੇ ਸਿਮਰਜੀਤ ਸਿੰਘ ਮਾਨ ਦੇ ਘਰ ਕਿਉਂ ਗਿਆ, ਕਿਹਨੇ ਭੇਜਿਆ, ਇਹ ਅਜੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ। ਆਉਣ ਵਾਲੇ ਦਿਨਾਂ 'ਚ ਬਿਲਕੁਲ ਜੀ, ਬਿਲਕੁਲ। ਦੇਖੋ ਇਹ ਰਾਜਨੀਤੀ ਹੈ ਜੀ, ਕੁਛ ਨਹੀਂ ਕਹਿ ਸਕਦੇ, ਕੁਛ ਨਹੀਂ ਕਹਿ ਸਕਦੇ, ਕਿੱਧਰ ਨੂੰ ਜਾਣੀ ਆ। ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਵੀ ਮੇਰਾ ਖਿਆਲ ਆ ਬਿਗਲ ਵੱਜੂਗਾ, ਸ਼ਾਇਦ ਉਹਦੇ ਵਾਸਤੇ ਵੀ ਕੋਈ ਹੋ ਸਕਦਾ ਕਿ ਨਹੀਂ। ਜੀ ਜੀ ਬਿਲਕੁਲ। ਅਤੇ ਬਾਕੀ ਮਾਨ ਸਾਹਿਬ ਦਾ ਵੀ ਜਿਵੇਂ ਕਾਫੀ ਉੱਠ ਰਹੀਆਂ ਨੇ ਗੱਲਾਂ ਵੀ ਇਹਨਾਂ ਨੂੰ ਸੰਗਰੂਰ ਤੋਂ ਬਈ ਉਹਨਾਂ ਨੇ ਐਲਾਨ ਕਰ ਦਿੱਤਾ, ਉਹਨਾਂ ਨੇ ਤਾਂ ਐਲਾਨ ਕਰਤਾ, ਵਿੱਚੋਂ ਅਕਾਲੀ ਦਲ ਦੇ ਛੋਟੇ ਵਰਕਰ ਕਹਿੰਦੇ ਆ ਵੀ ਹਾਂ ਵੀ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ। ਬਿਲਕੁਲ। ਅਤੇ ਪਰ ਸੁਖਬੀਰ ਬਾਦਲ ਜੀ ਨਹੀਂ ਕਹਿੰਦੇ ਮੰਨ ਰਹੇ। ਅੱਛਾ। ਹਾਂ, ਬਾਕੀ ਤਾਂ ਤਕਰੀਬਨ ਕਾਫੀ ਵੀ ਸਹਿਮਤੀ ਹੁੰਦੀ ਆ, ਪਰ ਉਹ ਕਹਿੰਦੇ ਵੀ ਨਹੀਂ, ਤਾਂ ਹੀ ਉਹਨਾਂ ਨੇ ਇੱਕ 5 ਮੈਂਬਰੀ ਕਮੇਟੀ ਬਣਾਈ ਆ, ਉਹਦਾ ਫੈਸਲਾ ਅੱਜ ਭਲਕ 'ਚ ਆ ਜਾਣਾ, ਦੇਖੋ ਕੀ ਕਰਦੇ ਆ। ਇਹ ਚਾਹੁੰਦੇ ਆ ਇਕੱਠੇ ਹੋ ਕੇ ਰਲਣ ਨੂੰ, ਇਕੱਠੇ ਹੋ ਕੇ ਢਾਈਏ। ਬਿਲਕੁਲ। ਹਾਂਜੀ, ਅਤੇ ਕਾਫੀ ਗਰਮੀ, ਚਲੋ ਐਤਕੀ ਫਿਰ 5 ਮੈਂਬਰੀ ਕਮੇਟੀ ਫੈਸਲਾ ਕਰੂਗੀ, ਅੱਗੇ ਤਾਂ ਪੱਕਾ ਹੀ ਪਤਾ ਹੁੰਦਾ ਵੀ ਸੰਗਰੂਰ ਤੋਂ ਕਿਹਨੇ ਲੜਨਾ ਬਾਈ। ਆ ਉਹ ਵੀ ਖੈਰ ਕਹਿ ਸਕਦੇ ਆ, ਉਹ ਪਤਾ ਹੀ ਹੁੰਦਾ ਸੀ ਵੀ ਕਿਹਨੇ ਲੜਨਾ, ਪਰ ਆਏ ਆ ਧਾਲੀਵਾਲ ਸਾਹਿਬ, ਕਮੇਟੀਆਂ ਕਮੂਟੀਆਂ ਤਾਂ ਪਹਿਲਾਂ ਹੀ ਬਣਦੀਆਂ ਹੁੰਦੀਆਂ ਸੀ, ਫੈਸਲਾ ਤਾਂ ਖੈਰ ਉੱਥੋਂ ਹੀ ਹੋਣਾ ਜਿਵੇਂ ਹੋਣਾ, ਹਾਈ ਕਮਾਂਡ ਤੋਂ ਹੀ ਹੋਣਾ। ਹਾਂ, ਅਖੀਰ 'ਤੇ ਉਹ ਕਹਿੰਦੇ ਫੈਸਲਾ ਤਾਂ ਬਾਦਲ ਸਾਹਿਬ ਨੇ ਕਰਨਾ, ਕਮੇਟੀ ਤਾਂ ਸਕਰੀਨਿੰਗ ਕਰੂਗੀ ਵੀ ਕਿਹਨੂੰ ਲੜਾਉਣਾ। ਜੀ ਜੀ, ਫੈਸਲਾ ਤਾਂ ਅਖੀਰਲਾ ਜਿਹੜਾ ਫੈਸਲਾ ਉਹ ਤਾਂ ਉਹਨਾਂ ਨੇ ਕਰਨਾ, ਉਹਨਾਂ ਨੇ ਕਰਨਾ। ਹਾਂ, ਬਾਕੀ ਤੇਰੇ ਮੇਰੇ ਵਰਗੇ ਦਾ ਤਾਂ ਕੁਛ ਨਹੀਂ ਇੱਥੇ ਵੱਟਿਆ ਜਾਣਾ, ਬਾਕੀ ਫਿਰ ਕੁੰਡੀਆਂ ਦੇ ਸਿੰਘ ਫਸਣਗੇ, ਦੇਖੋ ਭਗਵੰਤ ਮਾਨ ਨਾਲ, ਅਤੇ ਉੱਧਰ ਭਗਵੰਤ ਮਾਨ ਧੂਰੀ ਦੇ MLA ਵੀ ਨੇ ਅਤੇ ਪੰਜਾਬ ਦੇ ਮੁੱਖ ਮੰਤਰੀ ਵੀ ਨੇ, ਅਤੇ ਲੋਕ ਸਭਾ ਦੀ ਨੁਮਾਇੰਦਗੀ ਵੀ ਸੰਗਰੂਰ ਤੋਂ ਕਰਦੇ ਸੀ ਉਹ, ਅਤੇ ਉਹਨਾਂ ਨੇ ਕੋਈ ਆਪਦੇ ਵਰਗਾ ਲੱਭ ਕੇ ਲਿਆਉਣਾ। ਜੀ ਜੀ, ਚੱਲਿਆ ਹੋਇਆ ਚੇਲਾ ਗੁਰੂ ਦਾ। ਬਿਲਕੁਲ। ਅਤੇ ਉਹਦੇ ਨਾਲ ਫਿਰ ਕਿਹਦਾ ਮੱਥਾ ਲੱਗੂ, ਇਹ ਤਾਂ ਆਉਣ ਵਾਲਾ ਸਮਾਂ ਦੱਸੂ, ਕਹਿੰਦੇ ਹੁਣ ਕੁੰਡੀਆਂ ਦੇ ਸਿੰਘ ਫਸ ਗਏ। ਚਲੋ ਹੁਣ ਫਿਰ ਆਪਾਂ ਲਈਏ ਆ ਗਿਆ। ਹਾਂਜੀ ਹਾਂਜੀ, ਬਿਲਕੁਲ ਜੀ, ਬਾਕੀ ਫੇਰ ਸਿਆ ਕਦੇ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਦੋਸਤੋ।